السلام علیکم ورحمۃ اللہ وبرکاتہ جی دوستو کی حال چال ہے امید کرنے سب ٹھیک ٹھاک ہوں گے اللہ تعالیٰ سب نے اپنے حفظ و امان چ رکھے تے اج بڑی صبح صبح لائیو آ گئے ہیں اور ایک خاص مقصد سی میں کہ دوستوں نے تھوڑا جا شوق کرائیے اپنے اڑانے دے کوترن دا کیونکہ اج نا ساری چھت نو تقریباً 20 سال مکمل ہو گئے نے چھت بنی نا 23 ستمبر 2002 دے وچ اسی پہلی اتھوں بازی اڑائی سی اسو دی ਅਤੇ ਅੱਜ ਤਕਰੀਬਨ 20 ਸਾਲ ਮੁਕੰਮਲ ਹੋ ਗਏ ਨੇ ਅਤੇ ਔਰ ਹੋ ਸਕਦਾ ਅੱਜ ਆਖਰੀ ਬਾਜ਼ੀ ਤਕਰੀਬਨ ਹੈਗੀ ਸਾਡੀ ਇਸ ਦਾ ਟੂਰਨਾਮੈਂਟ ਯਾਨੀ ਆਖਰੀ ਟੂਰਨਾਮੈਂਟ ਉਡਾ ਰਹੇ ਹਾਂ ਕਿਉਂਕਿ ਉਸ ਤੋਂ ਬਾਅਦ ਛੱਤ ਕਲੋਜ਼ ਕਰ ਦੇਣੀ ਹੈ ਔਰ ਕਲੋਜ਼ ਕਰਨ ਦੇ ਜਿਹੜਾ ਖਾਸ ਰੀਜ਼ਨ ਹੈ ਉਹ ਵੀ ਦੋਸਤਾਂ ਨੂੰ ਮੈਂ ਦਿਖਾਉਂਦਾ ਕਿ ਸਾਡੇ ਕੋਲ ਬਹੁਤ ਪੋਲਿਊਸ਼ਨ ਹੈ ਇੱਥੇ ਨਾ ਇਹ ਦੇਖੋ ਤੁਸੀਂ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਆਂਧੀ ਚੱਲ ਰਹੀ ਧੂੰਏ ਦੀ ਸੁਬਹ ਸੁਬਹ ਇਹ ਸ਼ੁਕਰ ਹੈ ਕਿ ਅੱਜ ਹਵਾ ਦੂਸਰੇ ਰੁਕਦੀ ਹੈ ਅਤੇ ਸਾਨੂੰ ਇੰਨਾ ਡਿਸਟਰਬ ਨਹੀਂ ਕਰਨੀ ਵਰਨਾ ਅਗਰ ਸਾਡੇ ਵਾਲੀ ਸਾਈਡ ਦੀ ਜ਼ਿਆਦਾਤਰ ਮੋਸਟਲੀ ਇਹੋ ਚੱਲਦੀ ਹੈ ਅਤੇ ਜਦੋਂ ਸਾਡੀ ਵਾਲੀ ਸਾਈਡ ਦੀ ਚੱਲਦੀ ਹੈ ਤਾਂ ਫਿਰ ਇੱਥੇ ਬੈਠਣਾ ਬੜਾ ਮੁਸ਼ਕਿਲ ਹੋ ਜਾਂਦਾ ਸਮੈਲ ਤਾਂ ਹੁੰਦੀ ਹੁੰਦੀ ਲੇਕਿਨ ਧੂੰਆਂ ਇੰਨਾ ਕੁ ਹੁੰਦਾ ਕਿ ਤੁਸੀਂ ਬੈਠਣਾ ਵੀ ਬੜਾ ਮੁਸ਼ਕਿਲ ਹੁੰਦਾ ਸਾਹ ਲੈਣਾ ਔਖਾ ਹੋ ਜਾਂਦਾ ਹੈ ਨਾ ਸੁਬਹ ਸੁਬਹ ਦਾ ਟਾਈਮ ਜੇ ਤੁਸੀਂ ਦੇਖ ਲਓ ਕੀ ਮਨਾਜ਼ਰ ਨੇ ਧੂੰਏ ਦੇ ਅਤੇ ਉਹਦੇ ਜਿਹੜੇ ਸਾਡੇ ਕਬੂਤਰ ਬੜੇ ਡਿਸਟਰਬ ਹੁੰਦੇ ਨੇ ਬਿਲਕੁਲ ਕਾਲੇ ਹੋ ਜਾਂਦੇ ਨੇ ਔਰ ਧੂੰਏ ਦੇ ਨਾਲ ਬੜੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਇਨਸਾਨ ਸੁਬਹ ਸੁਬਹ ਚਾਹੁੰਦਾ ਕਿ ਇਰਦ ਗਿਰਦ ਸਬਜ਼ਾ ਹੋਵੇ ਸਾਫ਼ ਸੁਥਰੀ ਆਬੋ ਹਵਾ ਹੋਵੇ ਲੇਕਿਨ ਇੱਥੇ ਬੜੀ ਪੋਲਿਊਸ਼ਨ ਹੈ ਮੰਡੀ ਦਾ ਏਰੀਆ ਸਾਡੇ ਕਰੀਬ ਨਾ ਉਹ ਟਾਵਰ ਹੈ ਸਾਹਮਣੇ ਸ਼ਾਇਦ 200 ਨਜ਼ਰ ਆ ਜਿਹਦੇ ਉੱਤੇ 300 ਫੁੱਟ ਦਾ ਟਾਵਰ ਹੈ ਉੱਤੇ 20 ਫੁੱਟ ਦਾ ਜਾਲ ਪਿਆ ਹੈ ਬਾਕੀ ਇਰਦ ਗਿਰਦ ਬਹੁਤ ਜਾਲ ਨੇ ਮੇਰੇ ਸ਼ਿਕਰ ਨੇ ਜੀ ਜੁਏ ਸਾਹਿਬ ਇਹ ਬੜੇ ਮਿਹਨਤੀ ਬੰਦੇ ਨੇ ਇਹਨਾਂ ਨੇ ਨਾ ਬੜਾ ਸਾਥ ਦਿੱਤਾ ਹਰ ਸਾਲ ਇਹ ਸੁਬਹਾ ਮਾਸ਼ਾਅੱਲਾ ਮੇਰੇ ਕੋਲ ਅਗਰ ਅਸੀਂ 5 ਵਜੇ ਕਬੂਤਰ ਉਡਾਉਣੇ ਨੇ ਇਹਨਾਂ ਨੇ 4 ਵਜੇ ਆ ਜਾਣਾ ਆ ਕੇ ਖੁਰਾਕ ਤਿਆਰ ਕਰਨੀ ਹੈ ਮੈਂ ਕਬੂਤਰ ਉਡਾਉਣੇ ਉੱਤੋਂ ਇਹਨਾਂ ਨੇ ਖੁਰਾਕ ਤਿਆਰ ਕਰ ਲੈਣੀ ਹੈ ਇਹ ਜ਼ੈਨ ਸਾਹਿਬ ਨੇ ਇਹ ਛੱਤ ਦੇ ਉੱਤੇ ਡਿਊਟੀ ਦੇ ਰਹੇ ਨੇ ਮਿਹਨਤ ਕਰ ਰਹੇ ਨੇ ਇਹ ਭਤੀਜਾ ਸਾਡਾ ਔਰ ਬੜਾ ਜਨੂਨ ਇਹਨੂੰ ਬੜੀ ਮਿਹਨਤ ਕਰਦਾ ਇਹ ਭਾਈ ਹਰੀ ਮੁਨਸਫ ਸਾਹਿਬ ਆਏ ਨੇ ਅਤੇ ਉਹਨੇ ਤੁਹਾਨੂੰ ਮੋਹਰਾਂ ਲੱਗਦੀਆਂ ਉਹਨਾਂ ਦਾ ਵੀ ਸ਼ੋਕ ਕਰਾਉਂਦੇ ਹਾਂ ਕੀ ਟਾਈਮ ਕੀ ਹੋਏ ਚਲੋ ਮੋਹਰਾਂ ਲਗਵਾਓ ਇਹ 200 ਮੁਨਾਜ਼ਰ ਹੈ ਸਾਰੇ ਘੜੀ ਹੈ ਮੋਬਾਈਲ ਮੋਬਾਈਲ ਟਾਈਮ ਦੇਖੋ ਜੀ ਇੱਕ ਮਿੰਟ ਮੋਬਾਈਲ 'ਤੇ ਟਾਈਮ ਦੇਖੋ ਨਾ ਕੀ ਹੋਇਆ 51 9 ਮਿੰਟ ਹੈਗੇ ਨੇ ਲੱਠੇ ਜੋ 2 ਮਿੰਟ ਨਾ 2 ਕੁ ਮਿੰਟ ਠਹਿਰ ਜੋ ਫਿਰ ਲਗਵਾਉਂਦੇ ਹਾਂ ਮੋਰਾ ਸੁਬਹਾ ਸੁਬਹ ਚੀਲਾਂ ਦਾ ਆਗਾਜ਼ ਹੋ ਗਿਆ ਅਗਰ ਦੋਸਤ ਦੇਖ ਰਹੇ ਹੋਣ ਤਾਂ ਸੁਬਹਾ ਸੁਬਹ ਉੱਡਣਾ ਸ਼ੁਰੂ ਹੋ ਗਈਆਂ ਔਰ ਸਾਡੀ ਛੱਤ 'ਤੇ ਅਲਹਮਦੁਲਿਲਾ ਸਾਰਾ ਦਿਨ 25-30-40 ਯਾਨੀ ਬਾਅਦ ਕਰਦੇ ਸੈਂਕੜਿਆਂ ਦੇ ਹਿਸਾਬ ਨਾਲ ਚੀਲ ਉੱਡਦੀ ਹੁੰਦੀ ਹੈ ਅਤੇ ਸਾਰਾ ਦਿਨ ਇਸੇ ਤਰ੍ਹਾਂ ਹੀ ਮਾਮਲਾਤ ਰਹਿੰਦੇ ਨੇ ਅਤੇ ਇਸ ਲਈ ਛੱਤ ਹੁਣ ਕਲੋਜ਼ ਕਰ ਰਹੇ ਹਾਂ ਇਨਸ਼ਾਅੱਲਾ ਨਈ ਛੱਤ ਤਿਆਰ ਹੋਏਗੀ ਇਨਸ਼ਾਅੱਲਾ ਨੈਕਸਟ ਸੀਜ਼ਨ ਜਿਹੜਾ ਨਾ ਉੱਥੇ ਉਡਾਵਾਂਗੇ ਅਤੇ ਬਾਕੀ ਦੋਸਤਾਂ ਨੂੰ ਨੇ ਮੋਹਰਾਂ ਲਾ ਕੇ ਫਿਰ ਚੈੱਕ ਕਰਾਉਂਦੇ ਹਾਂ ਕਬੂਤਰ ਵੀ ਕਿਉਂਕਿ ਇਹਦੇ ਵਿੱਚ ਵੀ ਨਾ ਇੱਕ ਚੀਜ਼ ਹੁੰਦੀ ਹੈ ਕਿ ਜਦੋਂ ਮੌਸਮ ਠੰਡਾ ਹੋਵੇ ਨਾ ਜੀ ਵੈਸੇ ਹਲਕੀ ਹਲਕੀ ਠੰਡ ਹੈ ਸੁਬਹਾ ਅਤੇ ਉਦੋਂ ਕਬੂਤਰਾਂ ਨੂੰ ਜਲਦੀ ਮੋਹਰਾਂ ਲਾ ਕੇ ਅਤੇ ਵਿੱਢ 'ਚ ਨਹੀਂ ਛੱਡਣਾ ਚਾਹੀਦਾ ਕਿਉਂਕਿ ਠੰਡ ਤੋਂ ਕਬੂਤਰ ਡਿਸਟਰਬ ਹੁੰਦੇ ਨੇ ਇਸ ਲਈ ਮੈਂ ਲੜਕੇ ਨੂੰ ਮਨਾ ਕਰਦਾ ਕਿ ਹਾਲੇ ਮੋਹਰਾਂ ਨਾ ਲਾਓ ਹਾਂ 6 ਵਜੇ ਨਹੀਂ ਫਰਕ 5 ਵਜੇ ਹੋ ਗਏ ਨੇ ਨਹੀਂ ਨਹੀਂ ਅੱਗੇ ਜੀ ਇਹ ਮੋਬਾਈਲ ਤਾਂ ਠੀਕ ਹੈ 5:53 ਹੋਏ ਨੇ 1 ਮਿੰਟ ਤੱਕ ਲਗਵਾਉਂਦੇ ਹਾਂ ਮੋਹਰਾਂ ਕਿਉਂਕਿ ਜਦੋਂ ਮੌਸਮ ਠੰਡਾ ਹੋਵੇ ਤਾਂ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿਆਦਾ ਲੇਟ ਮੋਹਰਾਂ ਲਗਵਾ ਕੇ ਨਾ ਹੁਣ ਜ਼ਹਿਨ ਲਿਆ ਫਿਰ ਕਰ ਸ਼ੁਰੂ ਹਾਜੋ ਉਧਰ ਲਓ ਆਗਾਜ਼ ਕਰੋ ਇਹ ਸਾਡੀ ਛੱਤ ਦਾ ਵਿਊ ਹੈ ਮੈਂ ਤਕਰੀਬਨ 5:30 ਮਾਹ ਬਾਅਦ ਨਾ ਜੀ ਮੇਰਾ
ਦੂਸਰਾ ਦਿਨ ਸੁਬਹ ਦੇ ਟਾਈਮ ਨਾਲ ਛੱਤੇ ਆਏ ਵਰਨਾ ਮੈਂ ਆ ਨਹੀਂ ਸੀ ਰਿਹਾ ਹਾਂਜੀ ਲਓ ਜੀ ਲਓ ਅਸੀਂ ਭਾਈ ਹੋਰ ਜੀ ਮੋਰ ਪੈਡ ਭੁੱਲ ਗਏ ਸਨ ਘਰ ਅਤੇ ਪਰੇਸ਼ਾਨ ਸੀ ਮੈਂ ਕੋਈ ਨਹੀਂ ਤੁਸੀਂ ਅੰਗੂਠੇ ਲਾ ਕੇ ਉਡਾ ਦਿਓ ਕੋਈ ਮਸਲਾ ਨਹੀਂ ਹੈਗਾ ਇਹ ਮਾਦੀ ਹੈ 17 ਨੰਬਰ ਸੱਤ ਨੰਬਰ ਸਲੇਟੀ ਮਾਦੀ ਹੈ ਦੋਸਤਾਂ ਨੇ ਪਰ ਵੀ ਦਿਖਾਉਂਦੇ ਹਾਂ ਰਹਿਣੇ ਦੇ ਪਰ ਖੋਲ ਦਿੱਤਾ ਇਹ ਪਰਸੋਂ ਵੀ ਮਾਸ਼ਾਅੱਲਾ ਨਾ ਬੜੀ ਅੱਛੀ ਬੈਠੀ ਹੈ ਤਕਰੀਬਨ 5:30 ਵਜੇ ਫਿਰਦੇ ਜੀ ਬੈਠੀ ਉਸ ਦਿਨ ਬਾਰਿਸ਼ ਵੀ ਆ ਗਈ ਸੀ ਮੌਸਮ ਖਰਾਬ ਹੋ ਗਿਆ ਅਤੇ 2-3 ਪਰਿੰਦੇ ਬੜੇ ਅੱਛੇ ਜ਼ਾਇਆ ਵੀ ਹੋਏ ਇਹਦੀ ਅੱਖ ਦਿਖਾ ਦਿੱਤਾ ਛੱਡ ਦੇ ਦੁੰਮ ਵੀ ਇਹਦੀ ਬੜੀ ਸ਼ਾਨਦਾਰ ਹੈ ਪਰਸੋਂ ਮਾਸ਼ਾਅੱਲਾ ਕੋਈ 5:30 ਵਜੇ ਬੈਠੀ ਸੀ ਲਿਆ ਲਿਆ ਤੂੰ ਆਹ ਤੀਸਰੀ ਉਹ ਲੈ ਆਹੋ ਮੋਦੀ ਨੇ ਆਉਣਾ ਤੀਸਰੀ ਦੋ ਮੋਦੀਆਂ ਨੇ ਤੀਸਰੀ ਮੋਦੀ ਆ ਗਈ ਹੈ ਲਿਆਨਾ ਲਿਆਨਾ ਲਓ ਜੀ ਇਹ ਮਸਜਿਦ ਹੈ ਸਾਡੇ ਮੰਡੀ ਦੀ ਕਬੂਤਰ ਠੀਕ ਹੈ ਛੱਡ ਸੀ ਨਾਰਾ ਆ ਗਿਆ ਚੌਥਾ ਅਸਲ ਇਹਨਾਂ ਬੜੀ ਪਰੇਸ਼ਾਨੀ ਬਣੀ ਪੋਲਿਊਸ਼ਨ ਦੀ ਵੀ ਆ ਤਾਂ ਉਹਦਾ ਬੜਾ ਮਸਲਾ ਬਣਦਾ ਆਪਣੀ ਬੰਦੇ ਦੀ ਤਬੀਅਤ ਖਰਾਬ ਹੋ ਜਾਂਦੀ ਸਾਹ ਲੈਣਾ ਮੁਸ਼ਕਿਲ ਹੋ ਜਾਂਦਾ ਸੁਬਹ ਦੇ ਟਾਈਮ ਨਾ ਅਤੇ ਪਹਿਲੇ ਸਾਡਾ ਇੱਥੇ ਥੱਲੇ ਕੰਮ ਸੀ ਖੱਲਾਂ ਦਾ ਅਸਲ ਸਾਡਾ ਬੇਸਿਕਲੀ ਲੈਦਰ ਦਾ ਕੰਮ ਸੀ ਅਤੇ ਉਸ ਟਾਈਮ ਸਾਨੂੰ ਸੂਟ ਕਰਦਾ ਸੀ ਕਿਉਂਕਿ ਥੱਲੇ ਬਿਜ਼ਨਸ ਸੀ ਉੱਤੇ ਸ਼ੋਕ ਹੋ ਰਿਹਾ ਸੀ ਲੇਕਿਨ ਕੁਛ ਸਾਲਾਂ ਤੋਂ ਐਕਸਪੋਰਟ ਜਿਹੜੀ ਹੈ ਕਾਫੀ ਜ਼ਵਾਲ ਪਜ਼ੀਰ ਹੋ ਗਈ ਪਿਛਲੇ 5-6 ਸਾਲ ਤੋਂ ਲਗਾਓ ਜੀ ਇਹ ਬੜਾ ਫੇਵਰੇਟ ਕਬੂਤਰ ਹੈ ਸਲੇਟੀ ਪਰਸੋਂ ਵੀ ਮਾਸ਼ਾਅੱਲਾ 6 ਵਜੇ ਬੈਠਾ ਅਤੇ ਇਹਦੇ ਨੇ ਪੜ੍ਹ ਦਿੱਤਾ ਪਿਛਲੇ ਸਾਲ ਵੀ ਇਸ ਤੋਂ ਜਿਹੜਾ ਨਾਗੇ ਨਾਗੇ ਦੀਆਂ ਆਵਾਜ਼ਾਂ ਬੜਾ ਸ਼ਾਨਦਾਰ ਉੱਡਿਆ ਸੀ ਇਹਦੀ ਇੱਕ ਵੀ ਦਿਖਾ ਦਿੰਦਾ ਔਰ ਬਿਲਕੁਲ ਸ਼ਾਨਦਾਰ ਇਹਦੀ ਕਿਸ਼ਤੀ ਹੱਡੀ ਹੈ ਔਰ ਬੜਾ ਬਹਾਦਰ ਕਬੂਤਰ ਹੈ ਪਿਛਲੇ ਸਾਲ ਵੀ ਇਸੂ ਦੀਆਂ ਨਾਗਰ ਨਗਰ ਦੀਆਂ ਬਾਜ਼ੀਆਂ 6 ਵਜੇ ਤੋਂ ਬਾਅਦ ਪੈਂਦਾ ਰਿਹਾ ਅਤੇ ਕੱਲ੍ਹ ਵਾਲੀ ਫਿਰਤ ਦੇ ਵਿੱਚ ਵੀ 6 ਵਜੇ ਬੈਠਾ ਅੱਜ ਦੇਖੋ ਕੀ ਕਾਰਕਰਦਗੀ ਦਿਖਾਉਂਦਾ ਨਰਮਾਦੀ ਨੇ ਸਲੇਟੀ ਲੈ ਲੈ ਆ ਠੀਕ ਹੈ ਦੇਖੋ 20 ਸਾਲ ਅੱਜ ਤਕਰੀਬਨ ਕੰਪਲੀਟ ਹੋ ਗਏ ਨੇ ਛੱਤ ਨੂੰ ਅਤੇ ਇੱਥੇ ਯਾਨੀ ਬਾਜ਼ੀਆਂ ਉਡਾਉਂਦੇ ਹਾਂ ਟੂਰਨਾਮੈਂਟ ਉਡਾਉਂਦੇ ਹਾਂ ਸ਼ੋਕ ਕਰਦੇ ਹਾਂ ਅਤੇ ਔਰ ਲਾਸਟ ਤਕਰੀਬਨ ਅੱਜ ਦੀ ਇਹ ਟੂਰਨਾਮੈਂਟ ਹੋਏਗਾ ਔਰ 20 ਸਾਲ ਦਾ ਅਰਸਾ ਬੜੀ ਇਸ ਤਰ੍ਹਾਂ ਗੁਜ਼ਰ ਗਿਆ ਪਤਾ ਨਹੀਂ ਚੱਲਿਆ ਇਨਸਾਨ ਨੂੰ ਵਕਤ ਦੀ ਤੇਜ਼ੀ ਬੜੀ ਜ਼ਿਆਦਾ ਕੱਲ੍ਹ ਦੀ ਗੱਲ ਲੱਗਦੀ ਜਦੋਂ ਛੱਤ ਦਾ ਇਫਤਤਾਹ ਕੀਤਾ ਸੀ ਅਤੇ ਅੱਜ ਤਕਰੀਬਨ 20 ਸਾਲ ਮੁਕੰਮਲ ਹੋ ਗਏ ਨੇ ਔਰ ਇਨਸ਼ਾਅੱਲਾ ਉਮੀਦ ਹੈ ਕਿ ਆਖਰੀ ਬਾਜ਼ੀ ਹੋਏਗੀ ਇੱਥੋਂ ਦੀ ਆਖਰੀ ਟੂਰਨਾਮੈਂਟ ਹੋਏਗਾ ਉਸ ਤੋਂ ਬਾਅਦ ਨਹੀਂ ਛੱਤ ਤੋਂ ਇਨਸ਼ਾਅੱਲਾ ਆਗਾਜ਼ ਕਰਾਂਗੇ ਠੀਕ ਇਹ ਚੌਥਾ ਨਾਰਾ ਆ ਗਿਆ ਜੀ ਹਾਂਜੀ ਹਾਂਜੀ 2 ਮਿੰਟ ਹੈਗੇ ਨੇ ਇਹ ਕਬੂਤਰਾਂ ਦਾ ਮੈਂ ਤੁਹਾਨੂੰ ਇੱਕ ਦਾ ਸ਼ੋਅ ਕਰਾ ਦੀ ਲਓ ਦੋਸਤੋ ਬੜੀ ਮਿਹਰਬਾਨੀ ਜਿਹੜੇ ਸਾਡੇ ਨਾਲ ਦੇਖ ਰਹੇ ਸੀ ਅਤੇ ਬਹੁਤ ਸ਼ੁਕਰੀਆ ਦੋਸਤਾਂ ਦਾ ਬਾਕੀ ਹੁਣ ਝੰਡੀ ਦਾ ਟਾਈਮ ਹੋ ਗਿਆ ਅਤੇ ਇਨਸ਼ਾਅੱਲਾ ਫਿਰ ਲਾਈਵ ਆਉਂਗੇ ਬਹੁਤ ਸ਼ੁਕਰੀਆ ਜੀ ਅੱਲਾ ਹਾਫਿਜ਼